हाँ जी, स्वागत है तुहाडा अखतरां LSI के यूट्यूब चैनल से, जिथे तुसीं बहुत कुछ पंजाबी दे विच सीख सकते हो। ये वीडियो है जी मौसम वाली, 13 ते 14 जनवरी नूं भी पंजाब दे विच भारी मीह दस्या गया है। कुछ कुछ जिले च दरम्याना भी है, पंजाब हरियाणा राजस्थान तिना राज्यां चंगा मीह है जिहड़ा पै सकदा गा 13 ते 14 जनवरी नूं। कई वीर स्प्रे कर रहे हुंदे जिवें अज ते कल बहुत चंगी धुप निकले, बंदा स्प्रे कर दिंदा है, ठीक है, जां पानी ला आंदा जिवें, तां उह तों बचाअ जिहड़ा हो सकदा गा ਦੀ ਸਪਰੇਅ ਤੋਂ ਬਚਾ ਰਹਿ। ਜੇ ਕਿਸੇ ਨਹੀਂ ਕਰੀ ਤਾਂ ਨਾ ਕਰਨ, ਹਾਲੇ 1-2 ਦਿਨ ਹੋਰ, ਕਿਉਂਕਿ ਬਾਰਿਸ਼ ਦੀ ਸੰਭਾਵਨਾ ਦੱਸੀ ਜਾ ਰਹੀ ਹੈ। ਐਤਵਾਰ 12 ਜਨਵਰੀ ਨੂੰ ਪੂਰੇ ਪੰਜਾਬ ਦੇ ਵਿੱਚ ਸੰਘਣੀ ਬੱਦਲਬਾਈ ਜਿਹੜੀ ਸ਼ਾਮ ਤੱਕ ਹੋ ਜੂਗੀ, ਕਿਤੇ ਕਿਤੇ ਹਲਕੀ ਭੂਰ ਜਾਂ ਬਿਲਕੁਲ ਹਲਕੀ ਕਿਣਮਣਕਾਣੀ ਹੋ ਸਕਦੀ ਹੈ, ਅਤੇ ਪੂਰੇ ਪੰਜਾਬ ਦੇ ਵਿੱਚ ਸੰਘਣੀ ਬੱਦਲਬਾਈ ਸਵੇਰ ਤੋਂ ਲੈ ਕੇ ਸ਼ਾਮ ਤੱਕ, ਪੂਰਾ ਪੰਜਾਬ ਜਿਹੜਾ ਸੰਘਣੇ ਬੱਦਲਾਂ ਹੇਠ ਹੋਵੇਗਾ। ਹੁਣ ਸੋਮਵਾਰ ਨੂੰ 13 ਜਨਵਰੀ ਨੂੰ ਸਵੇਰੇ ਤੋਂ ਲੈ ਕੇ ਲਗਭਗ 10 ਵਜੇ ਤੋਂ ਲੈ ਕੇ ਪੂਰੇ ਪੰਜਾਬ ਦੇ ਵਿੱਚ ਅਤੇ ਰਾਜਸਥਾਨ ਦਾ ਲਗਭਗ 50% ਏਰੀਆ ਅਤੇ ਸ਼ਾਮ ਤੱਕ 75% ਏਰੀਆ ਜਿਹੜਾ ਕਵਰ ਹੋ ਸਕਦਾ ਰਾਜਸਥਾਨ ਦਾ। ਪੰਜਾਬ ਅਤੇ ਹਰਿਆਣੇ ਦਾ 100% ਏਰੀਏ 'ਚ ਲਗਭਗ ਮੀਂਹ ਹੈ ਜਿਹੜਾ ਪੈ ਸਕਦਾ, ਪੂਰਾ ਚੰਗਾ ਦਰਮਿਆਨੇ ਤੋਂ ਭਾਰੀ ਮੀਂਹ ਹੈ ਜਿਹੜਾ ਪੈ ਸਕਦਾ। ਕੁਝ ਕੁ ਜ਼ਿਲ੍ਹਿਆਂ 'ਚ ਗੜੇਮਾਰੀ ਵੀ ਹੋ ਸਕਦੀ ਹੈਗੀ ਅਤੇ ਦਰਮਿਆਨੇ ਤੋਂ ਭਾਰੀ ਮੀਂਹ ਹੋ ਸਕਦਾ ਹੈਗਾ, ਭਾਵ ਜਿਵੇਂ ਆਪਾਂ ਕਹਿ ਦਿੰਦੇ ਹਾਂ ਕਿ 12 mm ਤੋਂ ਲੈ ਕੇ 64-60 mm ਤੱਕ ਵੀ ਬਾਰਿਸ਼ ਹੋ ਸਕਦੀ ਹੈ। ਕੁਝ ਕੁ ਜ਼ਿਲ੍ਹੇ ਹੋਣਗੇ ਜਿੱਥੇ 2-3 mm ਬਾਰਿਸ਼ ਰਹੂਗੀ ਘੱਟ ਤੋਂ ਘੱਟ। ਅਤੇ ਵੀਡੀਓ ਚੰਗੀ ਲੱਗੀ ਨੂੰ ਲਾਈਕ ਜ਼ਰੂਰ ਕਰੋ, ਸ਼ੇਅਰ ਵੀ ਕਰੋ। 13 ਤਰੀਕ ਨੂੰ ਲਗਭਗ ਪੂਰੇ ਪੰਜਾਬ ਦੇ ਵਿੱਚ ਮੀਂਹ ਹੈ ਜਿਹੜਾ ਪੈ ਸਕਦਾ ਹੈਗਾ। ਉਮੀਦ ਹੈ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਊ, ਜਾਣਕਾਰੀ ਵੇਲ ਲੱਗੀ ਹੋਊ, ਇਹਨੂੰ ਲਾਈਕ ਜ਼ਰੂਰ ਕਰੋ, ਸ਼ੇਅਰ ਕਰੋ ਦੋਸਤਾਂ ਮਿੱਤਰਾਂ ਨਾਲ। ਨਵੇਂ ਹੋ ਚੈਨਲ ਨੂੰ ਸਬਸਕ੍ਰਾਈਬ ਕਰੋ, ਅਲੱਗ ਅਲੱਗ ਵਿਸ਼ਿਆਂ ਦੇ ਹਿਸਾਬ ਨਾਲ ਵੀਡੀਓ ਦੇਖਣ ਲਈ ਪਲੇਲਿਸਟ ਚੈੱਕ ਕਰੋ। ਧੰਨਵਾਦ ਜੀ।